بسم اللہ الرحمن الرحیم. السلام علیکم دوستو. امید ہے سب دوست سب بھائی خیریت نال ہو جائے. دوستو سب تو پہلے تے تانوں سب نو سب دوستاں نو بہت بہت عید مبارک دی. دوستو اج جس ٹاپک تے جس موضوع تے گل کران دے گپ شپ لاواں دے او وے جانوراں نو کس طرح گرمی تو بچائیے. کچھ گاواں بہت گرمی کردیاں نے, خاص طور تے گاواں مجھاں وی کردیاں, لیکن پانی شانی نوانے دا انہاں دا سلسلہ ہو جائے تے بہت بہتر ہو جاندی ہے. ਅਤੇ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਬਚਾ ਸਕਦੇ ਹਾਂ, ਕਿਸ ਤਰ੍ਹਾਂ ਕੇਅਰ ਕਰ ਸਕਦੇ ਹਾਂ. ਕੁਛ ਗਾਵਾਂ ਤਾਂ ਰਿਟਾਇਰ ਹੋ ਜਾਂਦੀਆਂ, ਸਮਝ ਲਓ ਕਿ ਉਹ ਬਚਾਉਣ ਬਹੁਤ ਮੁਸ਼ਕਲ ਹੋ ਜਾਂਦੀਆਂ. ਉਹਨਾਂ ਨੂੰ ਕਿਵੇਂ ਬਚਾ ਲਈਏ? ਪੀਰੀਅਡ ਥੋੜ੍ਹਾ ਜਿਹਾ ਜ਼ਿਆਦਾ ਨਹੀਂ, 2 ਮਹੀਨੇ 3 ਮਹੀਨੇ ਜਾਂ 4 ਮਹੀਨੇ ਦਾ ਪੀਰੀਅਡ ਹੁੰਦਾ, ਉਹ 2-3 ਮਹੀਨੇ ਰਹਿ ਗਏ. ਅਤੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਬਚਾ ਸਕਦੇ ਹਾਂ? ਦੋਸਤੋ ਸਭ ਤੋਂ ਪਹਿਲੇ ਕਿ ਕੁਛ ਗਾਵਾਂ ਜਿਹੜੀਆਂ ਨੇ ਪਿੱਛੇ, ਯਾਨੀ ਕਿ ਮਾਰਚ ਅਪ੍ਰੈਲ 'ਚ ਮੂੰਹ ਖੁਰ ਦੀ ਬਿਮਾਰੀ ਆਮ ਰਹੀ ਪੂਰੇ ਪਾਕਿਸਤਾਨ ਵਿੱਚ. ਕਾਫੀ ਜਾਨਵਰ ਜਿਹੜੇ ਨੇ ਇਨਵਾਲਵ, ਕੁਝ ਦੋਸਤ, ਕੁਝ ਭਾਈ, ਕੁਝ ਫਾਰਮਰ, ਉਹ ਨਾ ਵੈਕਸੀਨ ਵਗੈਰਾ ਕਰਾਈ ਸੀ, ਬਚ ਗਏ ਨੇ. ਕੁਝ ਨੇ ਕਰਾਈ ਸੀ ਤਾਂ ਵੀ ਆ ਗਏ ਨੇ. ਚਲੋ ਜਿਹਨਾਂ ਨੂੰ ਆ ਗਏ ਨੇ ਹੁਣ ਹਾਲ ਤਾਂ ਕੋਈ ਨਹੀਂ, ਲੇਕਿਨ ਜਿਹੜਾ ਜਿਤਨਾ ਕੁ ਅਸੀਂ ਕੇਅਰ ਕਰ ਸਕਦੇ ਹਾਂ ਕਰਨੀ ਚਾਹੀਦੀ ਆਪਣਾ ਜਾਨਵਰ ਤਾਂ ਬਚਾਉਣੇ. ਦੁੱਧ ਥੋੜ੍ਹਾ ਦੇ ਲੈਂਦੀ ਹੈ 2-3 ਮਹੀਨੇ, ਲੇਕਿਨ ਜਾਨਵਰ ਬਚ ਜਾਣ. ਦੋਸਤੋ ਸਭ ਤੋਂ ਪਹਿਲੇ ਹਰਾ ਸਬਜ਼ ਚਾਰਾ, ਜਵਾਰ ਲੈ ਲਓ, ਬਾਜਰਾ, ਮਕਈ, ਉਹ ਹੋਰ ਜਿਹੜਾ ਕਿਸੇ ਕਿਸਮ ਦਾ ਸਬਜ਼ ਚਾਰਾ, ਸੈਲਜ, ਉਹ ਪਾਓ. ਤੂੜੀ ਬੰਦ ਕਰ ਦਿਓ, ਸੁੱਕਾ ਪੱਠਾ ਬੰਦ ਕਰ ਦਿਓ. ਗਾਵਾਂ ਜਿਤਨੀਆਂ ਵੀ ਨੇ ਜਿਨ੍ਹਾਂ ਨੂੰ ਗਰਮੀ ਦੀ ਸ਼ਿਕਾਇਤ ਹੈ, ਸਮਝ ਲਓ ਕਿ ਉਹ ਗਰਮੀ ਕਰ ਰਹੀਆਂ ਨੇ, ਗਰਮੀ ਦੀ ਉਹਨਾਂ ਦੀ ਹਾਲਤ ਬਿਲਕੁਲ ਬੁਰੀ ਹੋ ਚੁੱਕੀ ਹੈ. ਅਤੇ ਦੋਸਤੋ ਉਹ ਗੱਲਾਂ ਕਰਾਂ ਤਾਂ ਜਿਹੜੀ ਅਜ਼ਮਾਈ ਹਨ, ਉਸ ਤੋਂ ਇਲਾਵਾ ਇਨਸ਼ਾਅੱਲਾ ਨਹੀਂ ਕਰਨ ਲੱਗਾ. ਜੇ ਮੇਰੀ ਕੋਈ ਗੱਲ ਕਿਸੇ ਗੱਲ ਤੋਂ ਕੋਈ ਦੋਸਤ ਇਖਤਲਾਫ ਵੀ ਕਰੇ ਤਾਂ ਉਹ ਤਾਂ ਵੀ ਕਮੈਂਟ ਕਰ ਸਕਦੇ ਆ, ਇਸ ਤਰ੍ਹਾਂ ਨਹੀਂ ਇਸ ਤਰ੍ਹਾਂ. ਹਰ ਬੰਦੇ ਦੀ ਆਪਣਾ ਆਪਣਾ ਦੇਹ ਨੇ, ਅਤੇ ਉਹਦਾ ਯਾਨੀ ਕਿ ਉਸ ਤੋਂ ਇਲਾਵਾ ਉਹਦਾ ਵੰਡਾ ਬੰਦ ਕਰ ਦਿਓ. ਕੋਈ ਦੋ ਸੁੱਕਾ ਵੰਡਾ ਪਾਉਂਦੇ ਨੇ, ਫੀਡ ਪਾਉਂਦੇ ਨੇ, ਪਾਈ ਨਾ ਡੋਤ ਬਹੁਤ ਸੀ, ਯਾਨੀ ਕਿ ਫੀਡ ਆਮ ਹੋ ਚੁੱਕੀਆਂ ਨੇ, ਅਤੇ ਉਹਨੂੰ ਫੀਡ ਡਾਲ ਦੇਣ. ਫੀਡ ਬਿਲਕੁਲ ਬੰਦ ਕਰ ਦਿਓ, ਵੰਡਾ ਬੰਦ ਕਰ ਦਿਓ ਉਹਦਾ. ਸਿਰਫ ਪੱਠਿਆਂ ਦੇ 2-3 ਮਹੀਨੇ ਗੁਜ਼ਾਰਾ ਕਰਾ ਲਓ ਉਹਦਾ. ਪੱਠੇ ਪਾਉਣੇ, ਹਰ ਚਾਰਾ, ਸਬਜ਼ ਚਾਰਾ ਬਿਲਕੁਲ. ਉਸ ਤੋਂ ਇਲਾਵਾ ਪੱਠਿਆਂ ਤੋਂ ਵੀ ਨਹੀਂ, ਫਿਰ ਉਸ ਤੋਂ ਬਾਅਦ ਉਹਨੂੰ ਜੌਂ ਮਿਲਦੇ ਨੇ, ਜੌਂ ਦਾ ਦਲੀਆ ਬਣਾ ਲੈਣਾ. ਜੌਂ ਦਾ ਦਲੀਆ ਕਿਲੋ ਸੁਬਹਾ, ਕਿਲੋ ਸ਼ਾਮੀ, 2 ਕਿਲੋ ਸਮਝੋ ਵੰਡਾ, ਵੰਡੇ ਦਾ ਮੁਤਬਾਦਲ ਹੈ. ਉਹਨੂੰ ਦਲਾ ਲੈਣਾ, ਟੱਪ, ਇੱਕ ਛੋਟਾ ਜਿਹਾ ਟੱਪ ਹੋਵੇ, ਉਹਦੇ 1 ਬਾਲਟੀ ਪਾਣੀ, 2 ਪਾਣੀ, 3 ਪਾਣੀ ਪਾ ਕੇ 1 ਕਿਲੋ ਜੌਂ ਸੁੱਟ ਦੇਣੇ ਵਿੱਚ, ਠੀਕ ਹੈ? ਉਹ ਜੌਂ ਥੋੜ੍ਹੀ ਦੇਰ ਵਿੱਚ ਭਿੱਜੇ ਰਹਿਣ ਦਿਓ ਉਹਨਾਂ ਦੀ, ਜਾਂ ਯਾਨੀ ਕਿ ਬਿਲਕੁਲ ਨਰਮ ਹੋ ਜਾਣ ਦੇ. ਉਹ ਗਾਂ ਜਿਹੜੀ ਤੁਹਾਡੀ ਗਾਂ ਹੋਵੇ, 1 ਹੋਵੇ, 2 ਹੋਵੇ, 3 ਹੋਣ, ਜੇ ਜ਼ਿਆਦਾ ਹੋਣ ਤਾਂ ਚਲੋ ਹੋਜ਼ੀ ਵਗੈਰਾ ਹੀ ਸੁੱਟ ਦਿਓ. ਜੌਂ 2-3 ਕਿਲੋ ਜਿੰਨੀਆਂ ਗਾਵਾਂ ਨੇ ਉਹ ਸੁੱਟ ਕੇ ਵਿੱਚ ਹੱਥ ਮਾਰ ਦਿਓ. ਉਹ ਪਾਣੀ ਪੀਣ ਦੀਆਂ, ਜਿਹੜਾ ਜਾਨਵਰ ਪਾਣੀ ਪੀ ਲੈਂਦਾ ਨਾ ਗਰਮੀ 'ਚ, ਹੁਣ ਕੁਝ ਦਾ ਨਹੀਂ ਜੇ, ਮਤਲਬ ਗਾਵਾਂ ਜੇਬ ਕੱਢੀ ਹੋਵੇ, ਗਾਵਾਂ ਮਰਦੀਆਂ ਹੋਣ, ਜਾਨਵਰ ਤੁਹਾਡੇ ਮਰਦੇ ਹੋਣ, ਬੰਦਾ ਇਨਸਾਨ ਦੇ ਅੰਦਰ ਰੋਟੀ ਨਹੀਂ ਜਾਂਦੀ, ਬੰਦਾ ਨਹੀਂ ਖਾਂਦਾ. ਕਿਉਂ? ਮਾਲ ਦੀ ਹਾਲਤ ਬੁਰੀ ਹੋਈ ਹੁੰਦੀ ਗਰਮੀ 'ਚ, ਗਾਵਾਂ ਦੀ ਵੇਖਣ ਵਾਲੀਆਂ ਨਹੀਂ ਹੁੰਦੀਆਂ. ਅਤੇ ਕੋਸ਼ਿਸ਼ ਕਰਨੀ ਚਾਹੀਦੀ, ਮਿਹਨਤ ਕਰਨੀ ਚਾਹੀਦੀ, ਸ਼ੌਕ ਹੈ, ਸ਼ੌਕ ਦੇ ਨਾਲ ਮਿਹਨਤ ਜ਼ਰੂਰੀ ਹੈ. ਉਹ ਜਿਉਂ ਉਸ ਹੋਜ਼ੀ ਪਾ ਦਿਓ, ਡਰਾਮੇ 'ਚ ਪਾ ਦਿਓ, ਉਹਨਾਂ ਨੂੰ ਘੋਲ ਕੇ ਹੱਥ ਮਾਰੋ ਦੇ ਵਿੱਚ, ਜਾਂ ਕੋਈ ਡੰਡਾ ਮਾਰੋ, ਉਹ ਪਾਣੀ ਪੀਣ ਦੀਆਂ ਹੌਲੀ ਹੌਲੀ 1-2 ਦਿਨ ਕਰਨ ਦੀਆਂ, ਉਹ ਲੱਗ ਜਾਣਗੀਆਂ ਉਸ ਪਾਣੀ 'ਤੇ. ਉਹ ਵੰਡੇ ਦਾ ਵੀ ਕੰਮ ਕਰਨ ਦੀਆਂ, ਪਾਣੀ ਵੀ ਖੁਸ਼ ਹੋ ਕੇ ਪੀਣ ਦੀ, ਉਹਦਾ ਬਹੁਤ ਫਾਇਦੇ ਨੇ, ਬਹੁਤ ਫਾਇਦੇ ਨੇ. ਉਸ ਤੋਂ ਇਲਾਵਾ ਦੋਸਤੋ ਤੁਸੀਂ ਉਹਨਾਂ ਪੱਠਿਆਂ ਦੇ ਥੋੜ੍ਹਾ ਜਿਹਾ ਚੋਕਰ 'ਚ ਪਾ ਕੇ ਤੇਲ ਸਰਿਓਂ ਦਾ, ਤੇਲ ਸਰਿਓਂ ਦਾ ਉਹ ਥੋੜ੍ਹਾ ਥੋੜ੍ਹਾ ਛਟਾਕੀ ਛਟਾਕੀ ਰੋਜ਼ ਗਾਵਾਂ ਦੇ ਦਿਓ. ਛਟਾਕੀ ਛਟਾਕੀ ਰੋਜ਼ ਨਹੀਂ ਦੇ ਸਕਦੇ, ਦੂਸਰੇ ਤੀਸਰੇ ਦਿਨ ਪਾਈਆ ਪਾਈਆ ਤੇਲ, ਅੱਧ ਅੱਧ ਪਾ ਤੇਲ ਗਾਵਾਂ ਨੂੰ ਦੇ ਦਿਓ. ਕੋਸ਼ਿਸ਼ ਕਰੋ ਕਿ ਪੱਠਿਆਂ 'ਤੇ ਸੁੱਟ ਦਿਓ, ਥੋੜ੍ਹਾ ਵਾਲਾ ਚੋਕਰ ਮਿਕਸ ਕਰਕੇ ਹੱਥ ਮਾਰ ਕੇ ਉਹ ਪੱਠਿਆਂ 'ਤੇ ਸੁੱਟ ਦਿਓ, ਉਹ ਖਾ ਜਾਣ ਕਿ ਨਾਲ ਨਾ ਦੇਣਾ. ਫਿਰ ਨਾਲ ਦੇਣਾ ਬੜੀ ਯਾਨੀ ਕਿ ਡੰਗਰ ਨੂੰ ਗੋਤਾ ਲੱਗ ਸਕਦਾ ਹੈ ਬੜਾ, ਉਹ ਚੀਜ਼ ਦਾ ਫਾਇਦਾ ਜ਼ਿਆਦਾ ਜਿਹੜਾ ਜਾਨਵਰ ਖੁਦ ਖਾਏ. ਦੋਸਤੋ ਦੇ 3-4 ਚੀਜ਼ਾਂ ਨੇ. ਫਿਰ ਉਸ ਤੋਂ ਇਲਾਵਾ ਪੱਖਾ ਛੱਕੇ ਦਾ ਕੋਈ ਇੰਤਜ਼ਾਮ ਕਰੋ, ਉਹਨਾਂ ਦੀ 4 ਦੀਵਾਰੀ ਹਵਾ, ਉਹਨਾਂ ਨੂੰ ਖੁੱਲ੍ਹੀ ਹਵਾ ਆਏ, ਜਾਨਵਰ ਖੁੱਲ੍ਹੇ ਕੱਢ ਦਿਓ. ਫਿਰ ਬਹੁਤ ਸੇ ਲੋਕ ਜਿਹੜੇ ਨਾ ਨੱਥਾਂ ਮਾਰੀਆਂ, ਉਹਨਾਂ ਦੀ ਨੱਥਾਂ ਕੱਢ ਦਿਓ, ਨੱਥਾਂ ਕੱਢ ਦਿਓ, ਉਹਦੇ ਤਕਰੀਬਨ 30% ਉਹ ਸਾਹ ਆਰਾਮ ਨਾਲ ਲੈ ਸਕਣ ਦੀਆਂ. ਗਰਮੀ 'ਚ ਕਮ ਅਜ਼ ਕਮ ਕੱਢ ਦਿਓ, ਫਿਰ ਸਰਦੀ ਫਿਰ ਮਾਰ ਲਓ, ਫਿਰ ਆਪਣਾ ਸ਼ੌਕ ਫਿਰ ਪੂਰਾ ਕਰ ਲਿਓ, ਠੀਕ ਹੈ? ਨੱਥਾਂ ਦਾ ਕਈਆਂ ਸ਼ੌਕ ਹੁੰਦਾ ਬੰਦਿਆਂ ਨੂੰ, ਕਿਤੇ ਨਾਸੀ ਨਾ ਜਾਣ. ਅਤੇ ਮਤਲਬ ਕਈ ਕਰਦੀ ਵੀ ਨੇ, ਜਾਨਵਰ ਬੜਾ ਬੜਾ ਜ਼ਲੀਲ ਕਰਦੇ ਨੇ, ਲੇਕਿਨ ਕੋਸ਼ਿਸ਼ ਕਰੋ ਨੱਥਾਂ ਜਿਹੜੀਆਂ ਉਹਨਾਂ ਵਾਸਤੇ, ਗਰਮੀ 'ਚ ਬਹੁਤ ਅਜ਼ਾਬ, ਸਾਹ ਬੰਦ ਹੋ ਜਾਂਦਾ ਉਹਨਾਂ ਦਾ. ਕਦੀ ਗੌਰ ਕਰੋ, ਕਦੀ ਸੋਚੋ, ਆਪਣੇ ਜਾਨਵਰ ਬਚਾ ਲਓ, 2-3 ਮਹੀਨੇ ਦੇ ਤੁਹਾਡਾ ਫਾਇਦਾ, ਠੀਕ ਹੈ? ਵੰਡਾ ਬੰਦ ਕਰ ਦਿਓ, ਵੰਡੇ ਦਾ ਚਲੋ ਮੁਤਬਾਦਲ ਆ ਜਾਏਗਾ ਤੁਹਾਡੇ ਕੋਲ, ਜੋ ਕਿਲੋ ਸੁਬਹਾ ਕਿਲੋ ਸ਼ਾਮੀ ਫੀ ਗਾਂ ਨੂੰ ਡਾਲ ਲਓ, ਉਹ ਵੰਡਾ ਦਾ ਕੰਮ ਕਰੇ. ਥੋੜ੍ਹਾ ਜਿਹਾ ਅਰਸਾ 2-3 ਮਹੀਨੇ ਦੁੱਧ ਥੋੜ੍ਹਾ ਲੈ ਲਓ, ਮਤਲਬ ਉਂਝ ਵੀ ਦੁੱਧ ਕੋਈ ਨਹੀਂ ਦੇਣਾ ਉਹਨਾਂ. ਜਿਹੜੀ ਗਾਂ ਗਰਮੀ ਕਰ ਜਾਂਦੀ ਹੈ, ਜਿਹਨੂੰ ਮੋਹਰ ਆ ਜਾਂਦਾ, ਉਸ ਤੋਂ ਬਾਅਦ ਉਹ ਗਰਮੀ ਦੀ ਸ਼ਿਕਾਇਤ ਉਹਨੂੰ ਜ਼ਿਆਦਾ ਹੋ ਜਾਂਦੀ, ਠੀਕ ਹੈ ਜੀ? ਉਹ ਮਤਲਬ ਇੱਕ ਮਰਦੀ ਪੀ ਉਹ ਦੁੱਧ ਕਿੱਥੋਂ ਦੇਣਾ,
ठीक है दोस्तों, अजमाई चीज है, अजमा सकते हो। जेड़े दोस्त अजमान फिर कमेंट जरूर करो, फिर राबता जरूर करो। हाँ भाई, ये फायदा होया है। असी अपने जानवर जितने भी होंगे ना, जो गर्मी करते हैं वंडा कटा देने, जे दो वंडा डाल देने कोशिश करो, हूँ सुखा वंडा बंद कर दो, डंगर भे के वंडा डालो, खल डालो, चौकर डालो, दाने दला लो, जौ दला लो, यानी कि खल सरों की लैओ, जमा की लै चीजा भे के थोड़ा थोड़ा किलो किलो दो दो डंगर पा लो, पट्ठिया के उत्ते वंडा फिर सट्टो। पट्ठिया के उत्ते वंडा सट्टन का दोस्तों यह फायदा है कि मतलब डंगर पट्ठे गर्मी छड़ देंगे। वो कई डंगर वंडे दे पानी दे ला दे, पट्ठे खा लेंगे ने, पानी पी लेंगे ने, पानी खुला रखो, आम रखो, ठंडा पानी, ताज़ा पानी भर के रखो, जानवर खुश हो, थोड़े जे जौ सट दियो पानी दे, वो पानी पीते रहते। जे जानवर पानी पी लेंगे ना रज के, वो पानी से इस तरह जानवर लगता है इस तरह घुट भरता ना जौं का, जो पानी होंगे दो दिन तीन दिन वो ऐसे ही लग जाते ना, उन्होंने नशा जहा बन जाता, वो बड़ा खुश होंगे जानवर पी के। जानवर रजे होगा, शामी फ्रैश होगा, कुछ दिन तुझे दे के काम करके वेखना है ना, तुहानू इंशाला मजा आएगा, जानवर इंशाला सेहत ठीक हो जाए जी, जानवर बच जाए। उस तो अलावा दोस्तों अपने फार्म जिथे तुम जानवर बंदे उत्ते कोशिश करो दरख्त लाओ, दरख्त लाओ, तो दरख्तों का बहुत फायदा है दोस्तों। यह बड़ी हीट नू कंट्रोल करते हैं, हीट नू कंट्रोल करते हैं, मतलब जिथे दरख्त लगे ने उतों टैंपरेचर कभी तुम चैक करके वेखियो, टैंपरेचर यानी कि मशीन मिलती, डिवाइस जी मिलती है, इतने सऊदिया है पाकिस्तान में मिल जाती, वो चैक करो, वे पता चल देगा जिथे दरख्त नहीं ना उत्थे टैंपरेचर बहुत हाई होगा, जिथे दरख्त मौजूद होंगे उत्थे टैंपरेचर घट होगा। दोस्तों उम्मीद है तुहानू मेरी गल्लां कोई समझ आ गई होंगी, जे ना भी आई हो तां भी कमेंट कर सकते हो, मैं नंबर डिस्क्रिप्शन दिते होने तां भी राबता कर सकते हो, वीडियो लंबी हो जाएगी। अगली वीडियो तक इजाजत चाहवांगा दोस्तों, अल्लाह हाफिज़, अपना ख्याल रखियो, दुआवां याद रखियो, अगर वीडियो अच्छी लगे दोस्तों लाइक तो शेयर जरूर करो, क्योंकि किसी का शायद इतना गल्लां नाल भला हो सके, किसी का यानी कि इन्हां गल्लां नाल उहदा जानवर बच सके। जानवर बेजुबान होंदे ने, कोशिश करो इन्हां दी हिफाजत करो, रखे ने रखता हो जिन्होंने शौक है या दुध वास्ते या कारो इस काम वास्ते है, फायदे वाली चीज़ है, तो मेहनत जी करते हैं को हरज को नहीं, मेहनत है, अजमत है, बरकत है। ठीक है दोस्तों, अपना ख्याल रखियो, वीडियो जरूर लाइक करो, क्योंकि सर थोड़ी तो यह वीडियो लाइक कर देना साड़ी हौसला अफजाई हो जाती, वीडियो थोड़ा जि रैंक करना शुरू हो जाती है, तो बाकी गल्ला सारे समझ दो। जो दो नवे हो चैनल लाइक कर लो, सबसक्राइब कर लो, असं इस अलावा जानवर की खरीदो फरोख्त की वीडियो भी अपलोड करते रहने ताकि तक सा मजीद वीडियो पहुँचती रह। ठीक है दोस्तों, अल्लाह हाफिज़, सलाम अलैकुम।